ਫਤਿਹ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਗੁਰੂ ਜੀ ਕੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗਰੀਬ ਨਿਵਾਸ ਸ੍ਰੀ ਵਾਹਿਗੁਰੂ ਜੀਓ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾ ਲੈ ਨਿਕਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰੇ ਅਰਾਧਨਾ ਜਾਨਾ ਰੇ ਹਰ ਹਰ ਗੁਰੂ ਗੁਰ ਕਰਤਾ ਰੇ ਰਹਾ ਦੀਨ ਦਿਆਲ ਕਿਰਪਾ ਸੁਖ ਸਾਗਰ ਸਰਬ ਘਟਾ ਮੁਰਖ ਹੁਰੇ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣੇ ਅਧੂਰੀ ਰੇ ਹਰ ਬੇਅੰਤ ਹੋ ਬਿਤ ਕਰ ਵਰਨੋ ਗਿਆ ਜਾ ਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦੇਹੋ ਉਪਦੇਸ਼ੋ ਰੇ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਧੀ ਦਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਵਾਸ ਨ ਪਰਿਆ ਰੇ ਸੋ ਗਾਉ ਟਲ ਗੁਰ ਸੇ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੋਰਠ ਮਹਿਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰੂ ਹੈ ਸੁਣ ਬੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰੂ ਹੈ ਸੁਣ ਮੀਤਾ ਜੀਉ ਖਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾ ਸੁਣ ਮੀਤਾ ਧੂਰੀ ਕੋ ਬਲ ਜਾਈ ਏ ਮਨ ਤੇਰਾ ਭਾਈ ਰਹਾ ਭਾਵ ਮਲੋਵਾ ਮਲ ਮਲ ਤੋਹਵਾ ਏ ਮਨ ਤੇ ਕੂ ਦੇਸਾ ਸੁਣ ਮੀਤਾ ਕੋ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇ ਉਪਦੇਸ਼ਾ ਮਾਰਨਾ ਕੀ ਜੈ ਸ਼ਰਨ ਪੁਰੀ ਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਹਰ ਬੀਜੈ ਤਿਉਂ ਦਰਸ਼ਨ ਹਰ ਜੀਉ ਪਾਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿ ਸੰਗਤ ਜੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਬਚਨ ਜੋ ਆਪ ਜੀ ਨੇ ਹੁਕਮਨਾਮੇ ਦੇ ਸਰੂਪ ਅੰਦਰ ਸਰਵਣ ਕੀਤਾ ਹੈ ਇਸ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਪਹਿਲੀ ਪੰਕਤੀ ਉਚਾਰਨ ਕੀਤੀ ਹੈ ਏਕ ਪਿਤਾ ਏਕ ਸਕੇ ਹੰਬਾਰਕ ਜੋ ਮੂਲ ਰੂਪ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਔਰ ਇਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਵਾਸਤੇ ਸਾਨੂੰ ਪ੍ਰੇਰਣਾ ਕੀਤੀ ਹੈ ਅਤੇ ਇੱਕ ਲਫਜ਼ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਸਭ ਤੋਂ ਪਹਿਲਾਂ ਜੋ ਅੱਖਰ ਅੰਕਿਤ ਕਰ ਦਿੱਤਾ ਉਸ ਦੀ ਵਿਆਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਰ ਦੇਣਗੇ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਰੀ ਸੁਣ ਬੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਦਰਸ਼ਨ ਦੀ ਪਿਆਸ ਮੈਨੂੰ ਦਰਸ਼ਨ ਕਿਸ ਤਰ੍ਹਾਂ ਪ੍ਰਾਪਤ ਹੋਣ ਜੇ ਫਿਰ ਸਵਾਲ ਕੀਤਾ ਆਖਣ ਲੱਗੇ ਕਹਿੰਦੇ ਸੁਣ ਬੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਭਾਵ ਮਲੋਵਾਂ ਮਨ ਮਲ ਧੋਵਾਂ ਇਹ ਮਨ ਤੇ ਕੂ ਦੇਸਾਂ ਮੈਂ ਤੇਰੇ ਪੈਰਾਂ 'ਤੇ ਡਿੱਗ ਜਾਵਾਂ ਮੈਂ ਤੇਰੇ ਪੈਰ ਧੋਵਾਂ ਇਹ ਮੈਂ ਆਪਣਾ ਮਨ ਤੈਨੂੰ ਦੇ ਦੇਵਾਂ ਸੁਣ ਬੀਤਾ ਹੁਣ ਤੇਰੀ ਸ਼ਰਨਾਈ ਆਇਆ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਅਤੇ ਮੈਨੂੰ ਕਿਰਪਾ ਕਰਕੇ ਇੱਕ ਗੱਲ ਦੱਸੋ ਇੱਕ ਮੇਰੇ 'ਤੇ ਮਿਹਰ ਕਰੋ ਪ੍ਰਭ ਮਿਲੋ ਅਤੇ ਉਪਦੇਸ਼ਾਂ ਮੈਨੂੰ ਐਸਾ ਉਪਦੇਸ਼ ਦੇ ਦਿਓ ਮੈਨੂੰ ਪ੍ਰਭ ਮਿਲ ਪਏ ਮੈਨੂੰ ਰੱਬ ਮਿਲ ਪਏ
मैनू गुरु मिल जाए। तो जवाब अगले पद में सतगुरु पातशाह जी ने बड़ा खूबसूरत दिता है, कहने लगे मिल सकता है, मिल जाएगा। कहने मार न की जाए शरण परी जाए करे सो भला मनाई है। माण ना कर शरण विच पै जा, जो करता है उसनों भला करके मार। जे सतगुरु गरीब नवाज पातशाह जी आखन लगे, कहन लगे सुन बीता जियो पिंड सब तन अर बीजै इउं दर्शन हर जी पाईए। बस आ तरीका अपना जो कुछ भी तेरा है उसने इउं जान मेरा मुझ में कछ नहीं, जो कुछ है सो तेरा। बस जिदन ये गल समझ आ गई तो सतगुरु पातशाह जी फरमान कर दे इउं दर्शन हर जी पाईए, इउं दर्शन हो जाएंगे गुरु के पात का गुरु वजह हिरदे विच वस जाए। सतगुरु जी दीआं शीशां प्राप्त कर सकीए। सरबत माई भाई जितने आप जी शिशोबद्ध हो सके।